पानिया लुधियाने दियां जिहड़ियां फैक्ट्रियां कारखानियां दा जहर निरा कैमिकल ते सतलुज आ रलदा सतलुज आके इन्ना पानी एक थावां तों नहीं घट्टो घट दस थावां तों इन्ना पानी जिहड़ा रलदा ए मैं अतवाद क्यों कहा ए ओ अतवादी ने जिहड़ा खा रहे ने साडियां पोस्टां खा रहे ने कोई भी बंदा इत्थे आके खड़ के मैं कहना दस मिनट खड़ी जावे यार तुसीं मैं कहना नहरी पानी जिहड़ा आपां पीने आ हरीके पत्तां निकलदियां ने पानी पीना दूर की गल पानी नेड़े भी खड़ जाओ पर बंदा खड़ा रहे ना दसा मिनटा दे विच बंदा बेहोश हो जूगा ते अहीं पुछना चाहुंदे आ उन्हां बंदियां नूं उन्हां लोकां नूं इत्थे आ थां दे उत्ते हड़ना आउंदे रहे ने जिहड़े अज मंत्री बने बैठे है आ पन्नू वर्गे आ जिहड़े सलाहकार बने बैठे है आ पंजाब दा मुख्यमंत्री जिहड़ा वड्डियां वड्डियां ढींगा मारदा पवन गुरु पाणी पिता माता धरत मात दीआं गल्लां करदा आप बोलिया है बंदा कैबिनेट दे विच आप बोलिया शासन दे विच आप स्टेजां ते बोलदा है कि बुढ़े दरिया ने सतलुज नूं पलीत करता जहरीला करता आ दिखा दिओ हुण इहनूं आ दिंदा नहीं होर सुन लो 12 तरीक नूं इत्थे आया सीगा सीचे वाला बलबीर सिंह जिहड़ा कहिंदे जी बड़ा वातावरण प्रेमी आ जी इह ਉਹ ਆਇਆ ਸੀਗਾ 12 ਜੂਨ ਨੂੰ ਤੇ ਲੁਧਿਆਣੇ ਦੀਆਂ 65 ਜਿਹੜੀਆਂ ਡੈਂਗ ਫੈਕਟਰੀਆਂ ਨੇ ਚਮੜਾ ਰੰਗਣ ਵਾਲੀਆਂ ਫੈਕਟਰੀਆਂ ਨੇ ਸਭ ਤੋਂ ਜ਼ਿਆਦਾ ਗੰਦ ਉਹਨਾਂ ਨੇ ਪਾਇਆ ਕਿਉਂਕਿ ਸਾਰੇ ਦੱਖਣ ਦੇ ਵਿੱਚ ਫੈਕਟਰੀਆਂ ਬੰਦ ਆ ਪਰ ਲੁਧਿਆਣੇ ਲਾਈਆਂ ਗਈਆਂ 65 ਫੈਕਟਰੀਆਂ 12 ਜੂਨ ਨੂੰ ਇੱਥੇ ਵਿਧਾਨ ਸਭਾ ਦੀ ਕਮੇਟੀ ਬਣਦੀ ਆ ਉਹ ਆਉਂਦੀ ਹੈ ਬਲਵੀਰ ਸਿੰਘ ਸੀਚੀ ਵਾਲਾ ਵੱਡਾ ਵਾਤਾਵਰਨ ਪ੍ਰੇਮੀ ਆਉਂਦਾ ਇੱਥੇ ਪਾਣੀ ਭਰ ਕੇ ਕਹਿੰਦਾ ਪਾਣੀ ਪੀਣ ਯੋਗ ਤਾਂ ਹੈ ਨਹੀਂ 28 ਜੂਨ ਨੂੰ ਉਹੀ ਸਾਰੀਆਂ 65 ਫੈਕਟਰੀਆਂ ਜਿਹੜਾ ਸੀਲ ਕੀਤੀਆਂ ਜਾਂਦੀਆਂ ਬੰਦ ਕੀਤੀਆਂ ਜਾਂਦੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਹ ਸਰਕਾਰ ਦੀ ਕਰਤੂਤ ਹੈ ਜਿਹੜੀ ਹੁਣ ਜ਼ਹਿਰ ਦੇ ਕੇ ਮਾਰ ਰਹੀ ਹੈ ਪੰਜਾਬ ਦੇ ਲੋਕੋ ਤੁਹਾਨੂੰ ਤਾਂ ਕਹਿੰਦੇ ਜਿਹੜੀ ਹੁਣ ਜ਼ਹਿਰ ਦੇ ਕੇ ਮਾਰ ਰਹੀ ਹੈ ਪੰਜਾਬ ਦੇ ਲੋਕੋ ਤੁਹਾਨੂੰ ਤਾਂ ਕਹਿੰਦੇ ਆ ਅੱਖਾਂ ਨਾ ਬੰਦ ਕਰਕੇ ਰੱਖੋ ਅੱਖਾਂ ਨਾ ਬੰਦ ਕਰਕੇ ਰੱਖੋ ਨੌ ਇਹਨਾਂ ਨੇ ਜਿਹੜੀਆਂ ਇਲੈਕਟ੍ਰੋ ਪਲੇਟਿੰਗ ਫੈਕਟਰੀਆਂ ਨੇ ਉਹ 9 ਫੈਕਟਰੀਆਂ ਦਾ ਇਹਨਾਂ ਨੇ 27 ਤਰੀਕ ਨੂੰ ਸੀਵਰੇਜ ਦਾ ਕਨੈਕਸ਼ਨ ਕੱਟਿਆ ਤੇ 30 ਤਰੀਕ ਨੂੰ ਜੋੜਤਾ 3 ਦਿਨਾਂ ਬਾਅਦ ਉਹ ਸਿੱਧਾ ਹੀ ਪਾਣੀ ਸੱਟ ਰਹੇ ਸੀਗੇ ਇਹਨਾਂ ਨੇ ਆ ਕੇ ਅਧਿਕਾਰੀਆਂ ਨੇ ਫੜ ਲਏ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਆ ਤੇ ਉਹਨਾਂ ਨੇ 30 ਤਰੀਕ ਨੂੰ ਕਨੈਕਸ਼ਨ ਦੁਬਾਰੇ ਜੋੜਤੇ ਸੋ ਤਾਂ ਕਹਿੰਦੇ ਆ ਉਹ ਪੰਜਾਬ ਦੇ ਲੋਕੋ ਉਹ ਮਾੜਾ ਮੋਟਾ ਕੱਲ ਨੂੰ ਹੱਥ ਮਾਰੋ ਚੁਟਕਲਿਆਂ ਦੇ ਨਾਲ ਖੁਸ਼ ਹੋਵੋ ਇਹਨਾਂ ਨੇ ਕਹਾਣੀਆਂ ਗੱਲਾਂ ਦਾ ਕੜਾਹ ਸੁਣ ਕੇ ਨਾ ਖੁਸ਼ ਹੋਵੋ ਆ ਜ਼ਹਿਰ ਦਿੱਤੀ ਜਾ ਰਹੀ ਆ ਜ਼ਹਿਰ ਆਹ ਦੇਖ ਲਓ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਖੁਦ ਇਹ ਜ਼ਹਿਰ ਸਤਲੁਜ ਪੈਂਦਾ ਆ ਸਾਹਮਣੇ ਸਤਲੁਜ ਆਉਂਦਾ ਪਾਣੀ ਆਉਂਦਾ ਆਹ ਸਾਫ ਪਾਣੀ ਆ ਇੱਥੋਂ ਆਹ ਪਾਣੀ ਜ਼ਹਿਰੀਲਾ ਰੋਕ ਦਿੰਦਾ ਇਹ ਪਾਣੀ ਪੀਂਦੇ ਆ ਪੰਜਾਬ ਦੇ ਲੋਕ ਇੱਥੇ ਮੁੱਖ ਮੰਤਰੀ ਆਪ ਪੰਜਾਬ ਦਾ ਮੁੱਖ ਮੰਤਰੀ ਇੱਥੇ ਆਇਆ ਧਰਤੀ ਨੂੰ ਵੀ ਕੈਂਸਰ ਹੋ ਜਾਣਾ ਉਸ ਧਰਤੀ ਨੂੰ ਵੀ ਐਡੀ ਜ਼ਹਿਰ ਦੇ ਨਾਲ ਉਹ ਧਰਤੀ ਦੇ ਵਿੱਚ ਵੀ ਕੈਮੀਕਲ ਵੜ ਜਾਣਾ ਉਹ ਧਰਤੀ ਵੀ ਤੁਹਾਡੇ ਲਈ ਨਰੀ ਬਿਮਾਰੀਆਂ ਦਾ ਘਰ ਬਣ ਜਾਣੀ ਅੱਗੇ ਕਿੱਥੇ ਜਾਂਦਾ ਪਾਣੀ ਇਹ ਹਰੀਕੇ ਪੱਤਣ ਜਾਂਦਾ ਆਪਣੇ ਨਹਿਰਾਂ ਚ ਨਹਿਰਾਂ ਜਗ੍ਹਾ ਲੋਕ ਪੀਂਦੇ ਆ ਜਾਂਦਾ ਉਹ ਤਾਂ ਆਪਾਂ ਨੂੰ ਪਤਾ ਨਾ ਬਾਈ ਜਿਹੜੇ ਲੋਕ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਬਾਈ ਦੱਸੇ ਵੀ ਇਹ ਗਾਹ ਕਿੱਥੇ ਤੱਕ ਪਾਣੀ ਜਾਂਦਾ ਕਿਉਂਕਿ ਥੋੜੇ ਟਾਈਮ ਬਾਅਦ ਸਾਡੇ ਲੋਕ ਭੁੱਲ ਜਾਂਦੇ ਕੋਈ ਪਰਵਾਹ ਨਹੀਂ ਸਾਡੇ ਲੋਕਾਂ ਨੂੰ ਕੋਈ ਧਿਆਨ ਨਹੀਂ ਸਿਹਤਾਂ ਨਾਲ ਪਾਣੀ ਨਾਲ ਧਰਤੀਆਂ ਹਵਾਵਾਂ ਦੇ ਨਾਲ ਕੋਈ ਸਾਡੇ ਲੋਕਾਂ ਦਾ ਪੈਸਾ ਚਾਹੀਦਾ ਪੈਸਾ ਦੇ ਲੋ ਚਾਹੇ ਜ਼ਹਿਰ ਪੇਈ ਜਾਓ ਕੋਈ ਬੰਦਾ ਇਸ ਮਸਲੇ ਨੂੰ ਉੱਠ ਕੇ ਲੜਨ ਲਈ ਤਿਆਰ ਨਹੀਂ ਬੋਲਣ ਲਈ ਤਿਆਰ ਨਹੀਂ 5 ਸਾਲ ਹੋ ਗਏ ਲਗਾਤਾਰ ਤੁਹਾਨੂੰ 5 ਸਾਲ ਆ ਮਸਲੇ ਤੇ ਰੌਲਾ ਪਾਉਂਦਿਆਂ ਨੂੰ ਹਰ ਸਾਲ ਇੱਥੇ ਆ ਕੇ ਰੌਲਾ ਪਾਉਂਦੇ ਆ ਸਰਕਾਰਾਂ ਵਾਲੇ ਧਿਆਨ ਚ ਦਵਾਉਂਦੇ ਆ ਬਾਦਲਾਂ ਵੇਲੇ ਵੀ ਕਾਂਗਰਸੀਆਂ ਵੇਲੇ ਵੀ ਆ ਹੁਣ ਬੋਕਰ ਵਾਲਾਂ ਵੇਲੇ ਵੀ ਆ ਦੇਖ ਲਾਂਗੇ ਇੱਥੇ ਖੜ ਖੜ ਕੇ ਡਰਾਮੇ ਕਰਦੇ ਹੁੰਦੇ ਜਿਹੜੇ ਸਪੀਕਰ ਬਣੇ ਬੈਠੇ ਆ ਮੰਤਰੀ ਬਣੇ ਬੈਠੇ ਮੁੱਖ ਮੰਤਰੀ ਬਣੇ ਬੈਠੇ ਵੀ ਦੇਖੋ ਸਰਕਾਰਾਂ ਨੇ ਮਾਰਤਾ ਜ਼ਹਿਰ ਪਿਆਦੀ ਲੋਕਾਂ ਨੇ ਸਾਡੇ ਕੋਲ ਫੋਟੋਆਂ ਵੀਡੀਓ ਵੀ ਪਈਆਂ ਉਸ ਸਮੇਂ ਦੀਆਂ ਅੱਜ ਤਾਂ ਸਰਕਾਰ ਹੈ ਅੱਜ ਆਪ ਹੀ ਉਹਨਾਂ ਫੈਕਟਰੀਆਂ ਨੂੰ ਸੀਲ ਕਰਕੇ ਲੈਣ ਦੇਣ ਕਰਕੇ ਇਹਨਾਂ ਦੇ MLA ਮੰਤਰੀ ਉਹੀ ਫੈਕਟਰੀਆਂ ਚਲਾ ਦਿੰਦੇ ਆ ਅੱਜ ਕਿੱਥੇ ਗਿਆ ਵੀ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਇਹ ਤੁਸੀਂ ਸਾਫ ਕਰਕੇ ਵੀ ਕਿਸੇ ਫੈਕਟਰੀ ਕਾਰਖਾਨੇ ਸਾਫ ਕਰਕੇ ਪਾਣੀ ਟ੍ਰੀਟ ਕਰਕੇ ਵੀ ਪਾਣੀ ਪਲਾਂਟ ਟ੍ਰੀਟਮੈਂਟ ਪਲਾਂਟ ਰਾਹੀਂ ਤਾਂ ਵੀ ਸਤਲੁਜ ਦਰਿਆ ਚ ਕਿਸੇ ਚ ਪਾ ਨਹੀਂ ਸਕਦੇ ਕਿਸੇ ਸਾਫ ਪੀਣ ਯੋਗ ਪਾਣੀ ਚ ਪਾ ਨਹੀਂ ਸਕਦੇ ਗੈਰ ਕਾਨੂੰਨੀ ਆ
ਸਿੱਧਾ ਹੀ ਸੱਟਿਆ ਜਾ ਰਿਹਾ ਯਾਰ। ਇਹ ਕਿੰਨੇ ਥਾਵਾਂ ਤੋਂ ਪਾਣੀ ਆ ਰਿਹਾ? ਚਿੱਚਾਲ ਨੇ 10 ਥਾਵਾਂ ਤੋਂ ਪਹਿਲਾਂ 10 ਥਾਵਾਂ ਤੋਂ ਪਾਣੀ ਇੰਨਾ ਨਹਿਰਾਂ ਇੰਨੀਆਂ ਨਹਿਰਾਂ ਨਹਿਰ ਜਿੰਨਾ ਪਾਣੀ ਰੰਗ ਤੁਹਾਨੂੰ ਬਾਈ ਨੇ ਪਹਿਲਾਂ ਵੀ ਦੱਸਤਾ ਵੀ ਕਾਲਾ ਕੱਪੜੇ ਨਾਲ ਜਿਹੜਾ ਆਪਣਾ ਕਾਲਾ ਕੱਪੜਾ ਹੁੰਦਾ ਉਹਦੇ ਨਾਲ ਵੱਧ ਇਹਦਾ ਕਾਲਾ ਰੰਗ ਆ। ਬਲਵੀਰ ਸਿਆਹ ਉਹ ਬਲਵੀਰ ਸਿਆਹ ਸੀਚੇ ਵਾਲੀ ਆ ਮਿਲ ਗਈ ਰਾਜ ਸਭਾ ਦੀ ਕੁਰਸੀ ਭੁੱਲ ਗਿਆ ਹਵਾ ਤੇ ਪਾਣੀ ਦੇ ਧਰਤੀ ਲਿਆ ਤੇਰੇ ਭਵੰਤ ਨੂੰ ਇੱਥੇ ਤੇ ਪਿਆ ਪਾਣੀ ਦੀ ਘੁੱਟ ਜਿਹੜੀ ਕਹਿੰਦਾ ਯਾਰ ਬਈ ਨਦੀ ਜੋ ਪੀਲਾ ਪਾਣੀ ਇਹਨਾਂ ਸਾਫ ਕਰ ਲਿਆ ਨੇੜੇ ਕਰਦੀ ਮੂੰਹ ਦੇ ਤੇ ਨਾ ਦੂਜੇ ਦਿਨ ਨੂੰ ਚੜਾਈ ਕਰ ਗਿਆ ਤਾਂ ਇੱਥੋਂ ਗਾਂ ਚੜਦੇ ਆ ਹਾਲਾਤ ਆ ਇੱਥੇ ਪੂਰਾ ਤੇ ਲੋਕ ਪੀਂਦੇ ਆ ਪਾਣੀ ਬਾਹਰਲੇ ਦੇਸ਼ਾਂ ਚ ਬਈ ਜੇਲਾਂ ਆਈਆਂ ਕਮਾਂ ਇਸੇ ਗੱਲਾਂ ਕਰਕੇ ਅਸੀਂ ਖੱਟਿਆ ਖਾ ਕੇ ਆ ਗੱਲਾਂ ਦੀ ਸਰਕਾਰ ਤੱਕ ਆ ਗਈ ਕਿ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ। ਅੱਜ 16 ਮਹੀਨੇ ਹੋ ਗਏ ਪੁੱਛਣਾ ਚਾਹੁੰਦੇ ਆ ਕੋਈ ਟ੍ਰੀਟਮੈਂਟ ਪਲਾਂਟ ਦੀ ਕੀ ਕਾਰਵਾਈ ਹੈ ਫੈਕਟਰੀਆਂ ਬੰਦ ਕਰ ਕਰਕੇ ਵੀ ਚਲਾਈ ਜਾਂਦੇ ਹੋ ਹੈ ਜਵਾਬ ਤਾਂ ਦੇ ਦਿਓ ਕੋਈ ਇਹ ਬਈ ਆਪਣਾ ਇਹ ਹਾਂ ਉਹ ਕੀ ਨਾਂ ਉਹਦਾ ਰਾਜਸਭਾ ਮੈਂਬਰ ਵੀ ਆ ਜਿਹਦੀਆਂ ਇੱਥੇ ਕਈ ਫੈਕਟਰੀਆਂ ਲੁਧਿਆਣੇ ਚ ਲਵਲੀ ਯੂਨੀਵਰਸਿਟੀ ਨਾ ਨਾ ਇਧਰ ਵਾਲਾ ਲਾ ਜਾਂਦੇ ਹੋਰ ਹੈ ਝਾੜੂ ਦਾ ਲੱਗਿਆ ਸਾਨੀ ਨਹੀਂ ਯਾਰ ਇੱਦੇ ਹੋਰ ਕੱਲ ਪਰਸੋਂ ਬੋਲਿਆ ਤੁਸੀਂ ਅੱਛਾ ਇਹ ਬਾਈ ਆਪਣਾ ਜਿਹੜਾ ਪਾਣੀ ਹੈ ਹਨਾ ਇਹਦਾ ਪੂਰਾ ਚੜਦਾ ਫਿਰ ਨੂੰ ਯਾਰ ਪੂਰਾ ਖੜ ਦੇ ਕਿਵੇਂ ਅੱਛਾ ਅੱਛਾ ਮੁੱਖ ਮੰਤਰੀ ਕਿੰਨੇ ਕੁ ਵਾਰੀ ਆ ਇੱਥੇ ਬਣਿਆ ਨਹੀਂ ਨਾ ਕੁਛ ਆਏ ਸਾਲ ਹੀ ਆ ਜਾਂਦਾ ਆਏ ਸਾਲ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਆ ਕੇ ਪਿੱਟਦਾ ਸੀ ਅੱਜ ਮੌਜੂਦਾ ਸੱਤਾ ਉਹਦੇ ਕੋਲੇ ਆ ਆਪਣੇ ਵਾਲੇ ਉਹਨਾਂ ਮੋਟਰਾਂ ਦੇ ਖੁਸ਼ ਹੋ ਜਾਂਦੇ ਨੇ ਲਾਈਟ ਦਿੱਤੀ ਅਸੀਂ ਖੁਸ਼ ਹੋ ਗਏ ਜੀ 10 ਘੰਟੇ ਲਾਈਟ ਹੋ ਗਈ ਜੀ ਆਹ ਤੁਹਾਡੀ ਆਹ ਨਸਲਾਂ ਦਾ ਘਾਤ ਹੈ ਇਹ ਆਹ ਸਲੱਤਵਾਦ ਅਸੀਂ ਸਿੱਖਾਂ ਦੇ ਮੁੰਡੇ ਜੇ ਕੋਈ ਸਾਡੀ ਧਰਮ ਦੀ ਗੱਲ ਕਰਦੇ ਆ ਨਾ ਛਡਾਉਣ ਦੀ ਗੱਲ ਕਰਦੇ ਆ ਸਾਡੀ ਕੋਈ ਬੋਲੀ ਦੀ ਗੱਲ ਕਰਦੇ ਆ ਆਪਣੀ ਧਰਤੀ ਆਪਣੀ ਹੋਂਦ ਨੂੰ ਬਚਾਉਣ ਦੀ ਗੱਲ ਕਰਦੇ ਆ ਉਹਨਾਂ ਦੇ NSA ਲੱਗ ਜਾਂਦੀ ਹੈ ਉਹਨਾਂ ਨੂੰ ਜੇਲਾਂ ਸਿੱਟ ਦਿੱਤਾ ਜਾਂਦਾ ਆਹ ਜਿਹੜਾ ਅੱਤਵਾਦ ਫੈਲਾ ਕੇ ਅੱਤਵਾਦੀ ਸਾਨੂੰ ਮਾਰ ਹੜੀਆਂ ਸਾਨੂੰ ਖਤਮ ਕਰ ਰਹੇ ਆ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਸਿੱਧੀ 302 ਲੱਗਦੀ ਆ ਕ੍ਰਿਮੀਨਲ ਐਕਟ ਲੱਗਦਾ ਸਿੱਧਾ ਇਹਨਾਂ ਤੇ ਸੰਜੀਵ ਰੋਡ ਆ ਜਾਂਦਾ ਇਹਨਾਂ ਦੇ ਕੋਈ ਪ੍ਰਵਾਹ ਨਹੀਂ ਬਾਈ ਇੱਕ ਬਾਈ ਹੋਰ ਗੱਲ ਪੁੱਛਣੀ ਸੀਗੀ ਵੀ ਜਿਹੜਾ ਇਹ ਇੰਨਾ ਪਾਣੀ ਆ ਰਿਹਾ ਤੁਸੀਂ ਕਹਿੰਦਾ 10 ਥਾਵਾਂ ਤੋਂ ਆ ਰਿਹਾ ਹੈ ਪਾਣੀ ਇਹ ਇੰਨਾ ਫਿਰ ਇਹ ਕਿਹੜਾ ਕੋਈ ਨਹਿਰ ਚੋਂ ਆ ਰਿਹਾ ਧਰਤੀ ਚ ਨਿਕਲਦਾ ਹੈ ਪਾਣੀ ਇਹ ਸੀਵਰੇਜ ਦਾ ਜਿਹੜਾ ਫੈਕਟਰੀਆਂ ਕਾਹਦਾ ਕੱਢਦੀਆਂ ਨੇ ਫੈਕਟਰੀਆਂ ਬੋਰ ਲਾ ਕੇ ਕੱਢਦੀਆਂ ਨੇ ਪਾਣੀ ਕੱਢਦੀਆਂ ਉਹ ਆਪਾਂ ਦੇਖਿਆ ਨੀ ਜਿਵੇਂ ਜੀਰੇ ਕੱਢਦੀਆਂ ਸੀ ਉਹੀ ਕੁਛ ਆ ਇਹ ਜਾਂ ਫਿਰ ਜਿੰਨਾ ਸ਼ਹਿਰ ਦਾ ਸੀਵਰੇਜ ਲੁਧਿਆਣੇ ਦਾ ਉਹ ਸਾਰਾ ਗੰਦ ਸਾਰਾ ਇੱਥੇ ਆ ਕੇ ਡਿੱਗ ਬੋਰ ਲੱਗਦਾ ਕਿ ਦੁਨੀਆ ਦੇ ਵਿੱਚ ਵਾਹਦ ਪੰਜਾਬ ਇੱਕੋ ਇੱਕ ਧਰਤੀ ਹੋਣੀ ਹੈ ਜਿੱਥੇ ਦਰਿਆਵਾਂ ਦੇ ਵਿੱਚ ਗੰਦ ਸਿੱਟਿਆ ਜਾਂਦਾ ਹੈ ਤੇ ਗਾਂ ਲੋਕਾਂ ਨੂੰ ਪਿਆਇਆ ਜਾਂਦਾ ਪਾਣੀ ਫੜਾਈ ਮੜਾ ਕੈਮਰਾ ਬਾਈ ਮੜਾ ਆ ਉਹ ਸੰਨ ਦਿਖਾ ਜਿਹੜਾ ਉਧਰੋਂ ਸੰਨ ਦੇ ਵਿੱਚ ਰੋਂਦਾ ਆਹ ਦੇਖ ਲਓ ਰਲਦਾ ਆਹ ਦਿਖਾ ਦਈਏ ਉਹ ਸਤਪੁਰ ਸਾਫ ਆਉਂਦਾ ਪਿੱਛੋਂ ਆਹ ਰਲਦਾ ਅੱਛਾ ਪੰਜਾਬ ਦੇ ਲੋਕੋ ਤੁਹਾਨੂੰ ਕਹਿਣਾ ਚਾਹੁੰਦਾ ਉੱਠ ਖੜੋ ਜੇ ਆਪਣੀ ਹਵਾ ਪਾਣੀ ਧਰਤੀ ਬਚਾਉਣੀ ਹੈ ਆਪਣੀਆਂ ਨਸਲਾਂ ਬਚਾਉਣੀਆਂ ਇਹ ਪੀ ਪੀ ਕੇ ਪਾਣੀ ਬਾਈ ਕੋਈ ਵੀ ਨਹੀਂ ਬਚਣਾ ਨਾ ਧਰਤੀ ਬਚਣੀ ਹੈ ਤੇ ਇਨਸਾਨਾਂ ਨੇ ਤਾਂ ਬਚਣੇ ਕੀ ਹੈ ਸਭ ਕੁਝ ਜ਼ਹਿਰ ਆ ਸਾਡੇ ਕੋਲ ਅੱਜ ਪੀਣ ਨੂੰ ਖਾਣ ਦੀ ਪਰ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਖੁਸ਼ ਹੁੰਦੇ ਹਾਂ ਭਵੰਤ ਨੇ ਫਲਾਨਾ ਠੋਕਤਾ ਭਵੰਤ ਨੇ ਫਲਾਨਾ ਠੋਕਤਾ ਫਲਾਣੇ ਦੀ ਮੰਜੀ ਠੋਕਤੀ ਫਲਾਨਾ ਕੁੰਡੇ ਲਾਦਾ ਫਲਾਨਾ ਚੁੱਪ ਕਰਾਤਾ ਅਸੀਂ ਇਹਨਾਂ ਗੱਲਾਂ 'ਚ ਖੁਸ਼ ਹਾਂ ਅਸਲ ਮੁੱਦੇ ਦਾ ਆਹ ਹੋਏ ਜਿਹਦੇ ਗੱਲ ਵੀ ਨਹੀਂ ਕੋਈ ਕਰਨ ਨੂੰ ਤਿਆਰ ਅੱਖਾਂ ਹੀ ਮੀਟ ਲੈਂਦਾ ਕਬੂਤਰ ਨੂੰ ਆ ਸਾਰੇ ਚੁੱਪ ਹੋ ਗਏ ਹੁਣ ਰੱਖੂਗਾ ਗੱਲ ਇਹਨਾਂ ਮਸਲਿਆਂ ਦੇ ਉੱਤੇ।